ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ, ਸਰੀਰ ਨੂੰ ਹੋਰ ਖਰਾਬ ਕਰ ਰਹੇ ਆ। ਉਹ ਐਤਵਾਰ ਨੂੰ ਪਿੰਡ ਡਸਕੇ 'ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਇਹ ਜਿਹੜਾ ਡਸਕਾ ਪਿੰਡ ਹੈ, ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾ ਗਾਗਾ ਹੈ। ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਬਰੇਟਾ ਸ਼ਹਿਰ ਵੀ ਨੇੜੇ ਹੈ, ਲਹਿਰਾ ਗਾਗਾ ਸ਼ਹਿਰ ਵੀ ਨੇੜੇ ਹੈ, ਸੁਨਾਮ ਸ਼ਹਿਰ ਵੀ ਨੇੜੇ ਹੈ। ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹਰ ਐਤਵਾਰ ਨੂੰ ਆਪਾਂ ਪਿੰਡ ਡਸਕੇ ਦੇ ਵਿੱਚ ਮਿਲਦੇ ਹਾਂ। ਮੈਨੂੰ ਮਿਲ ਕੇ ਆਪਣੇ ਰੋਗਾਂ ਦਾ, ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੋਈ ਵੀ ਰੋਗ ਹੈ, ਠੀਕ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਹੋ, ਤਾਂ ਐਤਵਾਰ ਨੂੰ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਸੋ ਅੱਜ ਜਿਹੜਾ ਵਿਸ਼ਾ ਉਹ ਹੈ ਸੂਤਕ ਦਾ ਬੁਖਾਰ। ਜਿਨ੍ਹਾਂ ਭੈਣਾਂ ਦੇ ਬੱਚਾ ਹੋ ਜਾਂਦਾ, ਉਹਨਾਂ ਨੂੰ ਇਹ ਸੂਤਕ ਦੇ ਵਿੱਚ ਕਈ ਵਾਰੀ ਬੁਖਾਰ ਚੜ ਜਾਂਦਾ, ਤੱਤਾ ਠੰਡਾ ਹਵਾ ਲੱਗ ਜਾਂਦੀ ਹੈ, ਉਹਦੇ ਕਰਕੇ ਉਹਨਾਂ ਵਾਸਤੇ ਅੰਮ੍ਰਿਤ ਨੁਕਤਾ ਤੁਹਾਡੀ ਝੋਲੀ 'ਚ ਪਾਉਣ ਲੱਗੇ ਹਾਂ ਭੈਣਾਂ ਵਾਸਤੇ, ਜਾਂ ਕਈਆਂ ਦੇ ਬੱਚਾ ਹੋਣ ਵਾਲਾ ਹੁੰਦਾ ਉਹਨਾਂ ਨੂੰ ਬੁਖਾਰ ਚੜ ਜਾਂਦਾ, ਉਹਨਾਂ ਵਾਸਤੇ ਵੀ ਇਹ ਨੁਕਤਾ ਅੰਮ੍ਰਿਤ ਹੈ। ਅਤੇ ਜਿਨ੍ਹਾਂ ਦੇ ਬੱਚਾ ਹੋ ਗਿਆ ਉਦੋਂ ਬਾਅਦ ਸੂਤਕ ਦੇ ਵਿੱਚ ਬੁਖਾਰ ਚੜ੍ਹਨ ਲੱਗ ਜਾਂਦਾ, ਉਹਨਾਂ ਵਾਸਤੇ ਵੀ ਅੰਮ੍ਰਿਤ ਇਹ ਨੁਕਤਾ ਹੈ। ਇਹਦੇ ਵਿੱਚ ਚੀਜ਼ਾਂ ਲੈਣੀਆਂ ਨੇ, ਸੁੰਡ 50-50 ਗ੍ਰਾਮ ਲੈ ਲਓ, ਸੁੰਡ, ਕਾਕੜਾ, ਸਿੰਗੀ, ਗਲੋਏ, ਨਿੰਮ, ਪਿੱਪਲਾ ਮੂਲ 10 ਮੂਲ, ਅਤੇ ਅਜਵੈਣ 4, ਜੀਰਾ, ਮਗਾਂ, ਕਾਲੀ ਮਿਰਚ ਅਤੇ ਜੈਫਲ, ਇਹ 50-50 ਗ੍ਰਾਮ ਚੀਜ਼ਾਂ ਸਾਰੀਆਂ ਲੈ ਕੇ ਪੀਸ ਲੈਣੀਆਂ ਨੇ। 1 ਚਮਚਾ ਸਵੇਰੇ ਅਤੇ 1 ਚਮਚਾ ਸ਼ਾਮ ਨੂੰ ਗਰਮ ਪਾਣੀ ਨਾਲ ਦੇਣਾ। ਜਿੱਡਾ ਮਰਜ਼ੀ ਬੁਖਾਰ ਸੂਤਕ ਦਾ ਹੈ, ਚਾਹੇ ਸੂਤਕ ਤੋਂ ਪਹਿਲਾਂ ਦਾ, ਉਹਨਾਂ ਭੈਣਾਂ ਵਾਸਤੇ, ਗਰਭਵਤੀ ਭੈਣਾਂ ਵਾਸਤੇ ਵੀ ਜਿਨ੍ਹਾਂ ਕੋਲ ਬੱਚਾ ਹੋਣ ਵਾਲਾ, ਉਹਨਾਂ ਨੂੰ ਜੇ ਬੁਖਾਰ ਚੜ੍ਹਦਾ ਉਹਨਾਂ ਨੂੰ ਵੀ ਗਰੰਟੀ ਦੇ ਨਾਲ ਬੁਖਾਰ ਠੀਕ ਹੋ ਜਾਏਗਾ। ਜਿਨ੍ਹਾਂ ਦੇ ਬੱਚਾ ਹੋਣ ਤੋਂ ਬਾਅਦ ਸੂਤਕ ਬੁਖਾਰ ਹੋਇਆ, ਉਹਨਾਂ ਵਾਸਤੇ ਵੀ ਅੰਮ੍ਰਿਤ ਨੁਕਤ ਹੈ। ਅੱਗੇ ਜ਼ਰੂਰ ਦੱਸ ਦਿਆ ਕਰੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ, ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲ ਦੇ ਆਧਾਰ 'ਤੇ ਪਹੁੰਚ ਸਕੇ। ਬਾਕੀ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਹਰ ਐਤਵਾਰ ਨੂੰ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਜੁੜੇ ਹੋਏ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।